ਮਾਪਿਆਂ ਦੇ ਲਾਡਲੇ ਅਤੇ ਮਾਸੂਮ ਦੋ ਬੱਚੇ ਜੋ ਕਿ ਆਪਸ ਦੇ ਵਿੱਚ ਭੈਣ ਭਰਾ ਸਨ ਬੀਤੇ ਦਿਨੀ ਜਦੋਂ ਬਿਮਾਰ ਹੁੰਦੇ ਨੇ ਤਾਂ ਅਜਿਹੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਕਿ ਜਾਂਦੇ ਹੀ ਮਾਸੂਮ ਜਵਾਕ ਦੀ ਜਾਨ ਚਲੀ ਗਈ। 9 ਸਾਲਾ ਬੱਚੇ ਦੀ ਜਿੱਥੇ ਜਾਨ ਗਈ ਉੱਥੇ ਹੀ ਉਸਦੀ ਭੈਣ ਨੂੰ ਹਸਪਤਾਲ ਵਿਖੇ ਭਰਤੀ ਕਰ ਲਿਆ ਗਿਆ। ਦੁਖਦ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਤਾ ਲੱਗਿਆ ਕਿ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਉਸ ਤੋਂ ਬਾਅਦ ਉੱਥੇ ਕੋਈ ਬਿਮਾਰੀ ਫੈਲੀ ਹੈ ਜਿਸ ਤੋਂ ਬਾਅਦ ਇਸ ਬੱਚੇ ਦੀ ਜਾਨ ਗਈ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਦਾ ਇਹੀ ਕਹਿਣਾ ਹੈ, ਜਦੋਂ ਕਿ ਪ੍ਰਸ਼ਾਸਨ ਦੀ ਟੀਮ ਜਦੋਂ ਉੱਥੇ ਪਹੁੰਚਦੀ ਹੈ ਤਾਂ ਉਸਦਾ ਕਹਿਣਾ ਸੀ ਕਿ ਅਸੀਂ ਪਹਿਲਾਂ ਹੀ ਕੁਝ ਗੱਲਾਂ ਨੂੰ ਲੈ ਕੇ ਚੇਤਾਵਨੀ ਦਿੱਤੀ ਹੋਈ ਸੀ ਅਤੇ ਉਸ ਦੇ ਧਿਆਨ ਵਿੱਚ ਰੱਖਦੇ ਹੋਏ ਸਭ ਕੁਝ ਨਹੀਂ ਕੀਤਾ ਗਿਆ। ਹੋ ਸਕਦਾ ਉਸ ਕਰਕੇ ਇਹ ਮੰਦਭਾਗੀ ਘਟਨਾ ਵਾਪਰੀ ਹੋਵੇ। ਬੇਹੱਦ ਹੀ ਦੁੱਖ ਭਰੀ ਖਬਰ ਸਾਹਮਣੇ ਆਈ ਜਿੱਥੇ 9 ਸਾਲ ਦੇ ਮਾਸੂਮ ਬੱਚੇ ਦੀ ਜਾਨ ਗਈ, ਜਿਸ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪਟਿਆਲਾ ਦੇ ਹੀਰਾਬਾਗ ਗਲੀ ਨੰਬਰ 3 ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਰਿਵਾਰ ਦੇ ਵਿੱਚ 9 ਸਾਲ ਦਾ ਹੱਸਦਾ ਖੇਡਦਾ ਬੱਚਾ ਇਸ ਦੁਨੀਆ ਤੋਂ ਚਲਾ ਗਿਆ ਜਦੋਂ ਕਿ ਉਸਦੀ ਵੱਡੀ ਭੈਣ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ। ਜਾਣਕਾਰੀ ਮੁਤਾਬਕ ਪਰਿਵਾਰ ਨੇ ਦੱਸਿਆ ਕਿ ਕੱਲ੍ਹ ਨਗਰ ਨਿਗਮ ਤੋਂ ਹੀ ਪੀਣ ਵਾਲੇ ਪਾਣੀ ਦਾ ਟੈਂਕਰ ਆਇਆ ਸੀ। ਪਾਣੀ ਨੂੰ ਪੂਰੇ ਮੁਹੱਲੇ ਨੇ ਪੀਤਾ ਸੀ, ਜਿਸ ਤੋਂ ਬਾਅਦ ਮੁਹੱਲੇ ਦੇ ਲੋਕਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਅਤੇ ਮਾਸੂਮ ਬੱਚਾ ਇਹ ਸਭ ਕੁਛ ਨਾ ਚੱਲ ਸਕਿਆ, ਜਿਸ ਦੇ ਕਰਕੇ ਉਸਦੀ ਜਾਨ ਗਈ ਅਤੇ ਉਸਦੀ ਭੈਣ ਵੀ ਬਿਮਾਰ ਹੋ ਗਈ। ਪਾਣੀ ਪੀਣ ਤੋਂ ਬਾਅਦ ਹੀ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਸਮੱਸਿਆ ਆਉਣ ਲੱਗੀ ਅਤੇ ਸਵੇਰੇ 4 ਵਜੇ ਦੇ ਕਰੀਬ ਬੱਚੇ ਦੀ ਹਾਲਤ ਜ਼ਿਆਦਾ ਵਿਗੜੀ ਤਾਂ ਉਸਨੂੰ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ। ਡਾਕਟਰਾਂ ਦੇ ਵੱਲੋਂ ਤੁਰੰਤ ਉਸਨੂੰ ਟੀਕਾ ਤਾਂ ਲਗਾ ਦਿੱਤਾ ਗਿਆ ਸੀ, ਪਰ ਨਾਲ ਹੀ ਚੇਤਾਵਨੀ ਦਿੱਤੀ ਗਈ ਕਿ ਬੱਚੇ ਦੇ ਹਾਲਾਤ ਠੀਕ ਨਹੀਂ, ਇਸ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਲਿਜਾਇਆ ਜਾਣਾ ਚਾਹੀਦਾ। ਜਦੋਂ ਪਰਿਵਾਰ ਬੱਚੇ ਨੂੰ ਵਾਪਸ ਘਰ ਲੈ ਕੇ ਆ ਗਿਆ ਤਾਂ ਬੱਚੇ 'ਤੇ ਫਿਰ ਹੋਰ ਜ਼ਿਆਦਾ ਸਿਹਤ ਖਰਾਬ ਹੋਣ ਲੱਗੀ ਅਤੇ ਉਸਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ। ਇੱਥੇ ਹੀ ਇਲਾਜ ਦੇ ਦੌਰਾਨ ਉਸਦੀ ਜਾਨ ਗਈ ਹੈ, ਜਿਸ ਨੂੰ ਲੈ ਕੇ ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੀ ਭੈਣ ਵੀ ਹਸਪਤਾਲ ਵਿਖੇ ਦਾਖਲ ਹੈ। ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਮੈਡਮ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਪਾਣੀ ਨੂੰ ਬਿਲਕੁਲ ਚੈੱਕ ਕਰਕੇ ਭੇਜਿਆ ਗਿਆ ਸੀ ਅਤੇ ਪਾਣੀ ਬਿਲਕੁਲ ਠੀਕ ਸੀ, ਨਾਲ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਪਾਣੀ ਨੂੰ ਉਬਾਲ ਕੇ ਹੀ ਪੀਤਾ ਜਾਵੇ। ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਪੜਤਾਲ ਕੀਤੀ ਜਾਣੀ ਹੈ, ਜਿਸ ਦੇ ਵਿੱਚ ਮਾਪਿਆਂ ਦਾ ਕਹਿਣਾ ਸੀ ਕਿ ਪਾਣੀ ਪੀਣ ਤੋਂ ਬਾਅਦ ਹੀ ਮੁਹੱਲੇ ਦੇ ਲੋਕ ਅਤੇ ਬੱਚੇ ਉਹਨਾਂ ਦੇ ਬਿਮਾਰ ਹੋਏ, ਜਿਸ ਕਰਕੇ ਉਹਨਾਂ ਦੀ ਜਾਨ ਗਈ ਹੈ। ਫਿਲਹਾਲ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰਕਾਰ ਇਹ ਮਾਮਲਾ ਕੀ। ਜਸਵਿੰਦਰ ਜੀ, ਕਿੰਨੇ ਸਾਲ ਦਾ ਸੀ ਬੱਚਾ? 9 ਸਾਲ ਚ ਲੱਗਾ। ਕੀ ਪ੍ਰੋਬਲਮ ਕਦੋਂ ਹੋਈ ਸੀ? ਕੱਲ ਕਹਿੰਦੇ ਟੁੱਟੀਆਂ ਉਲਟੀਆਂ ਆ ਰਹੀਆਂ ਸੀ ਜੀ, ਤੇ ਅੰਦਰ ਕੇ ਸਵੇਰੇ ਜ਼ਿਆਦਾ ਪ੍ਰੋਬਲਮ ਹੋ ਗਈ, ਗਲੇ 'ਚ ਵੀ ਨਾਲ ਹੀ ਪ੍ਰੋਬਲਮ। ਅੱਛਾ, ਜਵਾਬ ਦੇ ਇੰਜੈਕਸ਼ਨ ਲਾਇਆ, ਦਵਾਈ ਦਿੱਤੀ, ਦਵਾਈ ਵੀ ਪਈ ਹੋਈ ਹੈ। ਰਜਿੰਦਰਾ ਜੀ ਹੋਰ ਬੱਚਾ ਵੀ ਬਿਮਾਰ ਆ ਘਰ 'ਚ? ਹਾਂਜੀ, ਇੱਕ ਕੁੜੀ ਬਿਮਾਰ ਹੈ। ਕਿੰਨੇ ਸਾਲ ਦੀ ਜੀ? ਉਹ 22 ਸਾਲ ਦੀ। ਕੀ ਨਾਮ ਹੈ ਬੱਚੇ ਦਾ? ਸੋਨਾਲੀ। ਅੱਛਾ, ਹੁਣ ਪ੍ਰਸ਼ਾਸਨ ਦੇ ਜਿਹੜੇ ਇੱਥੇ ਪਹੁੰਚੇ ਹੈ, SDM ਜੁਆਇੰਟ ਕਮਿਸ਼ਨਰ ਸਾਰੇ ਪਹੁੰਚੇ ਹੈ, ਪਹਿਲਾਂ ਕਿੰਨਾ ਕੁ ਟਾਈਮ ਲੱਗਾ ਪ੍ਰਸ਼ਾਸਨ ਨੂੰ ਆਉਂਦੇ ਆਉਂਦੇ? ਅੱਧੇ ਘੰਟੇ ਬਾਅਦ। ਅੱਧੇ ਘੰਟੇ ਬਾਅਦ ਪਹੁੰਚ ਗਏ ਸੀ। ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ? ਇਨਕੁਆਇਰੀ ਹੋਣੀ ਚਾਹੀਦੀ ਹੈ, ਜਾਂਚ ਕੀਤੀ ਜਾਵੇ। ਕੀ ਲੱਗਦਾ ਤੁਹਾਨੂੰ ਵੀ ਕੀ ਦਿੱਕਤ ਹੋਈ ਹੈ ਬੱਚੇ ਨੂੰ? ਪਾਣੀ ਪੂਣੀ ਕਰਕੇ ਪ੍ਰੋਬਲਮ ਹੋਈ ਹੈ। ਪਾਣੀ ਖਰਾਬ ਕੁਆਲਿਟੀ ਦਾ ਆ ਰਿਹਾ ਸੀ? ਹਾਂਜੀ ਹਾਂਜੀ। ਇਹ ਟੂਟੀ ਵਾਲਾ ਪਾਣੀ ਪਿਲਾ ਰਹੇ ਸੀ ਜਾਂ ਕੋਈ ਹੋਰ ਪਾਣੀ ਪਿਲਾ ਰਹੇ? ਨਹੀਂ, ਟੈਂਕਰ ਵਾਲਾ ਪਾਣੀ ਆਉਂਦਾ ਜੀ। ਅੱਛਾ, ਜਿਹੜਾ ਟੈਂਕਰ ਦਾ ਪਾਣੀ ਆਇਆ ਨਗਰ ਨਿਗਮ ਤੋਂ ਆਇਆ ਸੀ? ਹਾਂਜੀ। ਉਹ ਪਿਲਾਇਆ? ਹੋਰ ਵੀ ਆਲੇ ਦੁਆਲੇ ਕੋਈ ਬੱਚਾ ਬਿਮਾਰ ਹੋਇਆ? ਹੋਰ ਵੀ ਬਿਮਾਰ ਹੈ। ਠੀਕ। ਭਾਈ ਤੁਹਾਡਾ? ਮੇਰਾ ਕਮਲਜੀਤ ਸਿੰਘ ਬਬਲੂ ਹੈ ਜੀ। ਬਬਲੂ ਜੀ, ਕਿਹੜਾ ਇਲਾਕਾ ਇਹ? ਇਹ ਹੀਰਾਬਾਗ ਹੈ ਜੀ। ਅੱਛਾ, ਅੱਜ ਇੱਥੇ ਦੇਖ ਰਹੇ ਹੋ ਇਸ ਚੀਜ਼? ਬਹੁਤ ਮਾੜਾ ਹੋਇਆ ਜੀ, ਸਾਨੂੰ ਲੋਕਾਂ ਨੂੰ ਬਹੁਤ ਤਕਲੀਫ ਹੈ। ਕੀ ਕਾਰਨ ਕੀ ਸਮਝਦੇ ਹੋ? ਕਾਰਨ ਤਾਂ ਦੇਖੋ ਜੀ, ਹੁਣ ਪਤਾ ਲੱਗੇਗਾ ਜੀ, ਸਾਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਜੀ। ਸਾਨੂੰ ਕਹਿਣ ਸੁਣਨ 'ਚ ਤਾਂ ਇਹ ਆ ਰਿਹਾ ਵੀ ਪਾਣੀ ਮਾੜਾ ਸੀ ਜਿਹੜਾ ਕਮਿਊਨਿਟੀ ਤੋਂ ਆਇਆ, ਬੱਚਿਆਂ ਨੇ ਖੇਡਦੇ ਪੀ ਲਿਆ। ਬਾਕੀ ਹੁਣ ਪਤਾ ਨਹੀਂ ਜੀ, ਦੇਖੋ ਪ੍ਰਸ਼ਾਸਨ ਆਇਆ, ਪਾਣੀ ਦੀ ਚੈਕਿੰਗ ਕੀਤੀ ਜਾਊਗੀ ਇੱਥੇ? ਹਾਂਜੀ ਹਾਂਜੀ, ਹੁਣ ਪ੍ਰਸ਼ਾਸਨ ਵੈਸੇ ਹੁਣ ਉਸ ਟਾਈਮ ਪੂਰਾ ਸਾਥ ਦੇ ਰਹੇ ਨੇ, ਸਾਰੇ ਅਫਸਰ ਆਏ ਨੇ, SDM ਸਾਹਿਬ, ਜੁਆਇੰਟ ਕਮਿਸ਼ਨਰ ਸਾਹਿਬ। ਭਾਈ ਤੁਹਾਡਾ? ਮੇਰਾ ਕਮਲਜੀਤ ਸਿੰਘ ਬਬਲੂ ਹੈ ਜੀ।
ਬਾਬੂ ਜੀ ਕਿਹੜਾ ਇਲਾਕਾ ਹੈ ਇਹ ਹੀਰਾ ਬਾਗ ਨਗਰ ਨਿਗਮ ਤੋਂ ਕੈਂਟਰ ਸਪਲਾਈ ਕੀਤੇ ਜਾ ਰਹੇ ਨੇ ਉਹ ਬਿਲਕੁਲ ਸ਼ੁੱਧ ਪਾਣੀ ਹੈ ਔਰ ਕਲੋਰੀਨੇਟਿਡ ਪਾਣੀ ਹੈਗਾ ਤੇ ਉਹਦੇ ਨਾਲ ਹੀ ਇਹ ਜਿਹੜੀ ਸਾਡੇ ਵੱਲੋਂ ਬਾਰ ਬਾਰ ਅਨਾਊਂਸਮੈਂਟਸ ਵੀ ਲੋਕਾਂ ਨੂੰ ਕੀਤੀਆਂ ਜਾ ਰਹੀਆਂ ਕਿ ਜੇ ਉਸ ਪਾਣੀ ਨੂੰ ਪੀਣ ਲਈ ਯੂਜ਼ ਕਰਨਾ ਤਾਂ ਉਹਨੂੰ ਬੋਇਲ ਕਰਕੇ ਕੀਤਾ ਜਾਣਾ ਹੈ ਔਰ ਦੂਸਰੀ ਗੱਲ ਪਾਣੀ ਸਾਡੀ ਸਰਕਾਰੀ ਲੈਬ ਤੋਂ ਟੈਸਟਿੰਗ ਹੋ ਕੇ ਹੀ ਆਉਂਦਾ ਹੈ ਤੇ ਜਿਹੜਾ ਪਾਣੀ ਦੇ ਸੈਂਪਲ ਸੀਗੇ ਉਹ ਬਿਲਕੁਲ ਸ਼ੁੱਧ ਸੀਗੇ ਪਾਣੀ ਦੇ ਵਿੱਚ ਕੋਈ ਇਸ਼ੂ ਨਹੀਂ ਸੀਗਾ ਔਰ ਕੋਈ ਜਿਵੇਂ ਕਿ ਤੁਹਾਨੂੰ ਸਿਵਲ ਸਰਜਨ ਮੈਡਮ ਨੇ ਦੱਸਿਆ ਹੈਗਾ ਕਿ ਏਰੀਏ ਦੇ ਵਿੱਚ ਕੋਈ ਆਊਟਬ੍ਰੇਕ ਨਹੀਂ ਹੈ ਉਹ ਜਿਹੜੇ ਕੁਝ ਕੇਸਿਸ ਹੈਗੇ ਨੇ ਮੈਡਮ ਇਹਨੂੰ ਐਗਜ਼ਾਮਿਨ ਕਰ ਰਹੇ ਨੇ ਸਿਵਲ ਸਰਜਨ ਮੈਡਮ ਵੱਲੋਂ ਐਗਜ਼ਾਮਿਨ ਕੀਤਾ ਜਾਊਗਾ ਫਿਰ ਮੈਡਮ ਜੀ ਇਹਦੇ ਬਾਰੇ 'ਚ ਰਿਪੋਰਟ ਦਿੱਤੀ ਜਾਊਗੀ ਲੇਕਿਨ ਜਿਹੜਾ ਪਾਣੀ ਹੈਗਾ ਉਹ ਸਾਡੇ ਵੱਲੋਂ ਸਪਲਾਈ ਕੀਤਾ ਜਾ ਰਿਹਾ ਉਹ ਬਿਲਕੁਲ ਸ਼ੁੱਧ ਔਰ ਸਾਫ਼ ਪਾਣੀ ਹੈ ਜੀ ਕੀ ਨਾਮ ਹੈ ਜੀ ਤੁਹਾਡਾ ਜਸਵਿੰਦਰ ਸਿੰਘ ਜਸਵਿੰਦਰ ਜੀ ਕਿੰਨੇ ਸਾਲ ਦਾ ਸੀ ਬੱਚਾ 9 ਸਾਲ ਦਾ ਲੱਗਾ ਕੀ ਪ੍ਰੋਬਲਮ ਕਦੋਂ ਹੋਈ ਸੀ ਕੱਲ ਕਹਿੰਦੇ ਟੁੱਟੀਆਂ ਉਲਟੀਆਂ ਆ ਰਹੀਆਂ ਸੀ ਜੀ ਫਿਰ ਉਸ ਤੋਂ ਬਾਅਦ ਦੁਬਾਰੇ ਲੈ ਕੇ ਗਏ ਉਹਨਾਂ ਨੇ ਜਵਾਬ ਦੇ ਤੋ ਕਹਿੰਦੇ ਰਜਿੰਦਰਾ ਲੈ ਜਾਓ ਐਮਰਜੈਂਸੀ ਉੱਥੇ ਉਹਨਾਂ ਨੇ ਇੰਜੈਕਸ਼ਨ ਲਾਇਆ ਦਵਾਈ ਦਿੱਤੀ ਦਵਾਈ ਵੀ ਪਈ ਹੋਈ ਹੈ ਰਜਿੰਦਰਾ ਜਿਲੇ ਹੋਰ ਬੱਚਾ ਵੀ ਬਿਮਾਰ ਆ ਆਪਣੇ ਘਰ 'ਚ ਹਾਂਜੀ ਇੱਕ ਕੁੜੀ ਆ ਬਿਮਾਰ ਹੈ ਕਿੰਨੇ ਸਾਲ ਦੀ ਜੀ ਉਹ 22 ਸਾਲ ਦੀ ਕੀ ਨਾਮ ਹੈ ਬੱਚੇ ਦਾ ਸੋਨਾਲੀ ਅੱਛਾ ਹੁਣ ਪ੍ਰਸ਼ਾਸਨ ਦੇ ਜਿਹੜੇ ਇੱਥੇ ਪਹੁੰਚੇ ਆ SDM ਜੁਆਇੰਟ ਕਮਿਸ਼ਨਰ ਸਾਰੇ ਪਹੁੰਚੇ ਆ ਪਹਿਲਾਂ ਕਿੰਨਾ ਕੁ ਟਾਈਮ ਲੱਗ ਗਿਆ ਪ੍ਰਸ਼ਾਸਨ ਨੂੰ ਆਉਂਦੇ ਆਉਂਦੇ ਅੱਧੇ ਘੰਟੇ ਬਾਅਦ ਅੱਧੇ ਘੰਟੇ ਬਾਅਦ ਪਹੁੰਚ ਗਏ ਸੀ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਇਨਕੁਆਇਰੀ ਹੋਣੀ ਚਾਹੀਦੀ ਹੈ ਜਾਂਚ ਕੀਤੀ ਜਾਵੇ ਕੀ ਲੱਗਦਾ ਤੁਹਾਨੂੰ ਵੀ ਕੀ ਦਿੱਕਤ ਹੋਈ ਹੈ ਬੱਚੇ ਨੂੰ ਪਾਣੀ ਪੂਣੀ ਕਰਕੇ ਪ੍ਰੋਬਲਮ ਹੋਈ ਹੈ ਪਾਣੀ ਖਰਾਬ ਕੁਆਲਿਟੀ ਦਾ ਆ ਰਿਹਾ ਸੀ ਹਾਂਜੀ ਹਾਂਜੀ ਇਹ ਟੂਟੀ ਵਾਲਾ ਪਾਣੀ ਪਿਲਾ ਰਹੇ ਸੀ ਜਾਂ ਕੋਈ ਹੋਰ ਪਾਣੀ ਪਿਲਾ ਰਹੇ ਨਹੀਂ ਟੈਂਕਰ ਵਾਲਾ ਪਾਣੀ ਆਉਂਦਾ ਜੀ ਅੱਛਾ ਜਿਹੜਾ ਟੈਂਕਰ ਦਾ ਪਾਣੀ ਆਇਆ ਨਗਰ ਨਿਗਮ ਤੋਂ ਆਇਆ ਸੀ ਹਾਂਜੀ ਉਹ ਪਿਲਾਇਆ ਹੋਰ ਵੀ ਆਲੇ ਦੁਆਲੇ ਕੋਈ ਬੱਚਾ ਬਿਮਾਰ ਹੋਇਆ ਹੋਰ ਵੀ ਬਿਮਾਰ ਹੈ ਠੀਕ ਭਾਈ ਤੁਹਾਡਾ ਮੇਰਾ ਨਾਮ ਕਮਲਜੀਤ ਸਿੰਘ ਬੱਬੂ ਜੀ ਬੱਬੂ ਜੀ ਕਿਹੜਾ ਇਲਾਕਾ ਹੈ ਇਹ ਹੀਰਾਬਾਗ ਹੈ ਜੀ ਅੱਛਾ ਅੱਜ ਇੱਥੇ ਨਗਰ ਨਿਗਮ ਤੋਂ ਕੈਂਟਰ ਸਪਲਾਈ ਕੀਤੇ ਜਾ ਰਹੇ ਨੇ ਉਹ ਬਿਲਕੁਲ ਸ਼ੁੱਧ ਪਾਣੀ ਹੈ ਔਰ ਕਲੋਰੀਨੇਟਿਡ ਪਾਣੀ ਹੈਗਾ ਤੇ ਉਹਦੇ ਨਾਲ ਹੀ ਇਹ ਜਿਹੜੀ ਸਾਡੇ ਵੱਲੋਂ ਬਾਰ ਬਾਰ ਅਨਾਊਂਸਮੈਂਟਸ ਵੀ ਲੋਕਾਂ ਨੂੰ ਕੀਤੀਆਂ ਜਾ ਰਹੀਆਂ ਕਿ ਜੇ ਉਸ ਪਾਣੀ ਨੂੰ ਪੀਣ ਲਈ ਯੂਜ਼ ਕਰਨਾ ਤਾਂ ਉਹਨੂੰ ਬੋਇਲ ਕਰਕੇ ਕੀਤਾ ਜਾਣਾ ਹੈ ਔਰ ਦੂਸਰੀ ਗੱਲ ਪਾਣੀ ਸਾਡੀ ਸਰਕਾਰੀ ਲੈਬ ਤੋਂ ਟੈਸਟਿੰਗ ਹੋ ਕੇ ਹੀ ਆਉਂਦਾ ਹੈ ਤੇ ਜਿਹੜਾ ਪਾਣੀ ਦੇ ਸੈਂਪਲ ਸੀਗੇ ਉਹ ਬਿਲਕੁਲ ਸ਼ੁੱਧ ਸੀਗੇ ਪਾਣੀ ਦੇ ਵਿੱਚ ਕੋਈ ਇਸ਼ੂ ਨਹੀਂ ਸੀਗਾ ਔਰ ਕੋਈ ਜਿਵੇਂ ਕਿ ਤੁਹਾਨੂੰ ਸਿਵਲ ਸਰਜਨ ਮੈਡਮ ਨੇ ਦੱਸਿਆ ਹੈਗਾ ਕਿ ਏਰੀਏ ਦੇ ਵਿੱਚ ਕੋਈ ਆਊਟਬ੍ਰੇਕ ਨਹੀਂ ਹੈ ਉਹ ਜਿਹੜੇ ਕੁਝ ਕੇਸਿਸ ਹੈਗੇ ਨੇ ਮੈਡਮ ਇਹਨੂੰ ਐਗਜ਼ਾਮਿਨ ਕਰ ਰਹੇ ਨੇ ਸਿਵਲ ਸਰਜਨ ਮੈਡਮ ਵੱਲੋਂ ਐਗਜ਼ਾਮਿਨ ਕੀਤਾ ਜਾਊਗਾ ਫਿਰ ਮੈਡਮ ਜੀ ਇਹਦੇ ਬਾਰੇ 'ਚ ਰਿਪੋਰਟ ਦਿੱਤੀ ਜਾਊਗੀ ਲੇਕਿਨ ਜਿਹੜਾ ਪਾਣੀ ਹੈਗਾ ਉਹ ਸਾਡੇ ਵੱਲੋਂ ਸਪਲਾਈ ਕੀਤਾ ਜਾ ਰਿਹਾ ਉਹ ਬਿਲਕੁਲ ਸ਼ੁੱਧ ਔਰ ਸਾਫ਼ ਪਾਣੀ ਹੈ ਜੀ ਕੀ ਨਾਮ ਹੈ ਜੀ ਤੁਹਾਡਾ